ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਵੀ ਚੁੱਪ ਦਾ ਦਾਨ ਬਖਸ਼ਣ, ਕਿਉਂਕਿ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਸਮੇਂ ਦੀ ਵੇਟ ਕਰ ਰਹੀਆਂ ਸਨ। ਬੱਚਿਆਂ ਦੇ ਟੈਸਟ ਲਏ ਗਏ ਸਨ ਅਤੇ ਜੋ ਨਤੀਜੇ ਹਨ, ਜੋ ਰਿਜ਼ਲਟ ਹਨ, ਉਹ ਕੱਢ ਦਿੱਤੇ ਗਏ ਹਨ। ਇਹਦੇ ਚ ਮੈਂ ਸੰਗਤਾਂ ਦੇ ਨਾਲ ਸਾਂਝ ਪਾ ਦੇਵਾਂ ਕਿ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਕਿਹੜਾ ਬੰਦਾ ਫਸਟ ਆਇਆ ਕਿਹੜਾ ਨਹੀਂ, ਕਿਉਂਕਿ ਦਾਸ ਕੱਲ ਹੀ ਇੰਡੀਆ ਤੋਂ ਆਇਆ ਹੈ। ਉਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਨੇ ਪੇਪਰ ਬਣਾ ਦਿੱਤੇ ਹਨ, ਰਿਜ਼ਲਟ ਕੱਢ ਦਿੱਤਾ ਹੈ। ਉਸ ਹਿਸਾਬ ਦੇ ਨਾਲ ਜਿਹੜੇ ਹਿਸਾਬ ਨਾਲ ਰਿਜ਼ਲਟ ਕੱਢਿਆ ਹੈ ਉਸ ਹਿਸਾਬ ਦੇ ਨਾਲ ਅਸੀਂ ਸੰਗਤਾਂ ਨੂੰ ਦੱਸ ਦੇਣਾ ਹੈ। ਸਿਰਫ ਸਨਮਾਨ ਕਰਨਾ ਹੈ, ਉਤਸ਼ਾਹ ਕਰਨਾ ਹੈ ਬੱਚਿਆਂ ਨੂੰ, ਤਾਂ ਕਿ ਬੱਚੇ ਸਾਡੀ ਮਾਤ ਭਾਸ਼ਾ ਦੇ ਨਾਲ ਜੁੜੇ ਰਹਿਣ। ਇਹ ਉਪਰਾਲਾ ਹੈ ਪ੍ਰਬੰਧਕਾਂ ਦਾ ਅਤੇ ਸੰਗਤਾਂ ਦਾ ਸਹਿਯੋਗ ਹੈ ਜੋ ਦਿੱਤਾ ਹੈ। ਸਭ ਤੋਂ ਪਹਿਲਾਂ ਮੈਂ ਜੋ ਇਹ ਕਲਾਸਾਂ ਦੇ ਕਰਤਾ ਧਰਤਾ ਹਨ, ਜਿਨ੍ਹਾਂ ਨੇ ਪੜ੍ਹਾਇਆ ਹੈ ਇਹਨਾਂ ਬੱਚਿਆਂ ਨੂੰ, ਸਾਡਾ ਫਰਜ਼ ਬਣਦਾ ਹੈ ਕਿ ਪਹਿਲਾਂ ਉਹਨਾਂ ਨੂੰ ਸਨਮਾਨ ਕੀਤਾ ਜਾਏ। ਸੋ ਅਸੀਂ ਪਹਿਲਾਂ ਟੀਚਰ ਸਾਹਿਬਾਨਾਂ ਨੂੰ ਸਨਮਾਨਿਤ ਕਰਾਂਗੇ। ਸੋ ਮੈਂ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬਾਨ ਨੂੰ ਬੇਨਤੀ ਕਰਾਂਗਾ ਵੀ ਉਹ ਜੋ ਸਾਡੇ ਟੀਚਰ ਸਾਹਿਬਾਨ ਹਨ ਉਹਨਾਂ ਨੂੰ ਸਨਮਾਨਿਤ ਕਰਨ। ਮੈਂ ਬੇਨਤੀ ਕਰਾਂਗਾ ਬੀਬੀ ਸ਼ੈਲੀ ਸ਼ਰਮਾ ਹੋਰਾਂ ਨੂੰ ਕਿ ਉਹ ਸਿਰ ਪਾਉ ਲੈਣ, ਅਤੇ ਨਾਲ ਹੀ ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਸਿਰ ਪਾਉ, ਅਤੇ ਜੋ ਮੈਡਲ ਹੈ ਗੁਰੂ ਘਰ ਵੱਲੋਂ ਉਹ ਲੈਣ। ਦੂਜੀ ਮੇਰੀ ਭੈਣ ਹੈ ਅਮਨਦੀਪ ਕੌਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸੀ ਆ ਜਾਣ ਅਤੇ ਆਪਣਾ ਇਨਾਮ ਪ੍ਰਾਪਤ ਕਰਨ। ਬੋਲੇ ਸੋ ਨਿਹਾਲ ਨਾਲ ਜੀ। ਮੈਂ ਬੀਬੀ ਤਰਨਜੀਤ ਕੌਰ ਬਰਾਉਣ ਨੂੰ ਬੇਨਤੀ ਕਰਾਂਗਾ। ਬੋਲੇ ਸੋ ਨਿਹਾਲ। ਮੈਂ ਬੇਨਤੀ ਕਰਾਂਗਾ ਬੀਬੀ ਬਲਵਿੰਦਰ ਕੌਰ ਬਰਾਉਣ ਨੂੰ, ਦਿਨ ਰਾਤ ਮਿੰਨਤਾਂ ਕਰਕੇ ਮੇਰੀਆਂ ਭੈਣਾਂ ਨੇ, ਮੇਰੇ ਵੀਰਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ। ਸੋ ਉਹਨਾਂ ਦਾ ਵਿਪਾਰ ਹੈ, ਸੰਗਤਾਂ ਦੇ ਰਹੀਆਂ ਹਨ, ਮਾਣ ਸਤਿਕਾਰ ਕਰ ਰਹੀਆਂ ਹਨ। ਬੋਲੇ ਸੋ ਨਿਹਾਲ। ਮੈਂ ਬੇਨਤੀ ਕਰਾਂਗਾ ਬੀਬੀ ਸਤਵਿੰਦਰ ਕੌਰ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਸਤਨਾਮ ਸਿੰਘ ਹੋਰਾਂ ਨੂੰ ਕਿ ਉਹ ਵੀ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਪਰੰਤੂ ਜਿਹਦੇ ਮਨ ਦੇ ਵਿੱਚ ਆ ਹੁੰਦਾ ਹੈ ਉਹ ਵੀ ਸੇਵਾ ਕਰਦਾ ਹੈ। ਸੋ ਭਾਈ ਸਾਹਿਬ ਭਾਈ ਸਤਨਾਮ ਸਿੰਘ ਹੋਰਾਂ ਨੂੰ ਸਰਪੋਰ ਦਿੱਤਾ ਜਾਏਗਾ। ਮੈਂ ਬੇਨਤੀ ਕਰਾਂਗਾ ਬੀਬੀ ਕੁਲਵਿੰਦਰ ਕੌਰ ਹੋਰਾਂ ਨੂੰ ਕਿ ਉਹ ਆਣ ਕੇ ਆਪਣਾ ਸਨਮਾਨ ਲੈਣ। ਬੀਬੀ ਕੁਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਨਹੀਂ ਆ ਸਕੀ, ਉਹਨਾਂ ਦੇ ਬੇਟੇ ਜੋ ਹਨ ਉਹ ਸਨਮਾਨ ਪ੍ਰਾਪਤ ਕਰਨਗੇ। ਬੋਲੇ ਸੋ ਨਿਹਾਲ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਹੋਰਾਂ ਨੂੰ ਤੇ ਉਹ ਮੈਨੂੰ ਪਤਾ ਹੈ ਵੀ ਇੰਡੀਆ ਗਏ ਹੋਏ ਹਨ ਪਰਿਵਾਰ,
ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਯਾਤਰਾ ਸਫਲ ਕਰੇ, ਛੁੱਟੀਆਂ ਸਫਲ ਹੋਣ। ਬਹੁਤ ਹੀ ਮਿਲਕੀ ਸਾਡੇ ਟੀਚਰ ਸਾਹਿਬਾਨ ਹਨ, ਨਾਲ ਹੀ ਮੈਂ ਟੀਚਰ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜੋ ਸਾਡਾ ਲਾਸਟ ਪੜਾਅ ਹੈ ਇਨਾਮ ਦੇਣ ਦਾ, ਉਹ ਆਪਾਂ ਖਤਮ ਕਰ ਸਕੀਏ। ਮੈਂ ਟੀਚਰ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਣ ਕੇ ਆਪਣੇ ਬੱਚਿਆਂ ਦੇ ਕੋਲ ਆ ਜਾਣ, ਤਾਂ ਕਿ ਅਸੀਂ ਬੱਚਿਆਂ ਨੂੰ ਨਾਲੋ ਨਾਲ ਹੀ ਉਹਨਾਂ ਨੂੰ ਇਨਾਮ ਦੇਣੇ ਚਾਹੀਏ। ਸਭ ਤੋਂ ਪਹਿਲਾਂ ਜੋ ਛੋਟਾ ਗਰੁੱਪ ਹੈ ਸ਼ਹੀਦ ਅਜੇ ਸਿੰਘ ਗਰੁੱਪ, ਛੋਟੇ ਛੋਟੇ ਬੱਚੇ ਹਨ, ਉਹ ਮੈਨੂੰ ਖੁਸ਼ੀ ਹੁੰਦੀ ਹੈ ਵੀ 2 ਸਾਲ 3 ਸਾਲ ਦੇ ਬੱਚੇ, 3.5 ਸਾਲ ਦੇ ਬੱਚੇ ਮੂਲ ਮੰਤਰ ਦਾ ਪਾਠ ਪੜ੍ਹਦੇ ਹਨ। ਇਹ ਬਹੁਤ ਵੱਡੀ ਪ੍ਰਾਪਤੀ ਹੈ ਗੁਰੂ ਘਰ ਦੀ। ਸੋ ਸਭ ਤੋਂ ਪਹਿਲਾਂ ਮੈਂ ਜੋ ਫਸਟ ਸੈਕਿੰਡ ਥਰਡ ਹਨ ਉਹ ਦਾਸ ਦੱਸ ਦਿੰਦਾ ਹੈ, ਬਾਅਦ ਦੇ ਵਿੱਚ ਜੋ ਟੋਟਲ ਬੱਚੇ ਹਨ ਉਹਨਾਂ ਨੂੰ ਮੈਡਲ ਦਿੱਤੇ ਜਾਣਗੇ। ਜੋ ਫਸਟ ਆਇਆ ਹੈ ਸ਼ਹੀਦ ਅਜੇ ਸਿੰਘ ਗਰੁੱਪ ਦਾ, ਉਹ ਪਰਮਜੀਤ ਸਿੰਘ ਸਨ ਆਫ ਅਮਰੀਕ ਸਿੰਘ, ਉਹ ਉੱਪਰ ਆ ਜਾਣ। ਦੂਜੀ ਬੱਚੀ ਜੋ ਆਈ ਹੈ ਮਨਦੀਪ ਕੌਰ, ਡਾਕਟਰ ਕੁਲਵਿੰਦਰ ਸਿੰਘ। ਤੀਜਾ ਜੋ ਆਏ ਹਨ ਜਸਮੀਤ ਕੌਰ, ਡਾਕਟਰ ਸੁਖਚੈਨ ਸਿੰਘ। ਜੋ ਪ੍ਰਭਜੀਤ ਸਿੰਘ, ਸਨ ਆਫ ਅਮਰੀਕ ਸਿੰਘ, ਮਨਦੀਪ ਕੌਰ, ਡਾਕਟਰ ਸਰਦਾਰ ਕੁਲਵਿੰਦਰ ਸਿੰਘ, ਜਸਮੀਤ ਕੌਰ, ਡਾਕਟਰ ਸਰਦਾਰ ਸੁਖਚੈਨ ਸਿੰਘ, ਇਹ ਪਹਿਲੇ ਦੂਜੇ ਤੀਜੇ ਸਥਾਨ ਤੇ ਪਹੁੰਚੇ ਹਨ। ਸੋ ਸਾਰਿਆਂ ਨੂੰ, ਬਾਕੀ ਜਿਹੜੇ ਹਨ ਅਨੀਕਾ ਕੌਰ, ਹਰਲੀਨ ਕੌਰ, ਹਰਕਮਲ ਸਿੰਘ, ਨੈਣਾ ਕੌਰ, ਜਸਮੀਤ ਕੌਰ ਸਿੰਘ, ਯੁਵਰਾਜ ਸਿੰਘ, ਨੈਣਾ ਕੌਰ, ਜੂਲੀਆ ਕੌਰ, ਗੁਰਮਨਦੀਪ ਸਿੰਘ, ਤਮਨਵੀਰ ਕੌਰ, ਸ਼ੀਤ ਕੌਰ, ਇਹ ਸਾਡੇ ਸ਼ਹੀਦ ਅਜੇ ਸਿੰਘ ਗਰੁੱਪ ਦੇ 14 ਬੱਚੇ ਹਨ। ਪਹਿਲਾ ਗਰੁੱਪ ਹੈ ਸ਼ਹੀਦ ਅਜੇ ਸਿੰਘ ਗਰੁੱਪ, ਇਹ ਸਾਡੇ 14 ਬੱਚੇ ਹਨ, ਜਿਹਨਾਂ ਚੋਂ 3 ਫਸਟ ਆਏ ਹਨ। ਇੱਕ ਫਸਟ ਆਇਆ ਹੈ, ਦੂਜਾ ਸੈਕਿੰਡ ਆਇਆ ਹੈ, ਦੂਜਾ ਥਰਡ ਆਇਆ ਹੈ। ਸੋ ਟੀਚਰ ਸਾਹਿਬਾਨ ਜੋ ਹਨ ਉਹਨਾਂ ਨੂੰ ਸਰਟੀਫਿਕੇਟ ਗੁਰਪੁਰ ਵੱਲੋਂ ਦੇ ਰਹੇ ਹਨ, ਨਾਲ ਬੱਚਿਆਂ ਨੂੰ ਮੈਡਲ ਮਿਲ ਰਹੇ ਹਨ, ਤਾਂ ਕਿ ਬੱਚਿਆਂ ਦੀ ਹੌਸਲਾ ਅਫਜ਼ਾਈ ਹੋ ਸਕੇ। ਜਦੋਂ ਭਾਈ ਬੰਦਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਬੇਟੇ ਦਾ ਕਾਲਜਾ, ਭਾਈ ਅਜੇ ਸਿੰਘ ਦਾ ਕਾਲਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ। ਬਹੁਤ ਵੱਡੀ ਕੁਰਬਾਨੀ ਹੈ ਸ਼ਹੀਦ ਅਜੇ ਸਿੰਘ ਦੀ। ਸੋ ਸਭ ਤੋਂ ਪਹਿਲਾਂ ਸ਼ਹੀਦ ਅਜੇ ਸਿੰਘ ਗਰੁੱਪ ਨੂੰ ਜੋ ਇਨਾਮ ਦਿੱਤੇ ਗਏ ਹਨ, ਉਹਨਾਂ ਤੋਂ ਬਾਅਦ ਬਾਬਾ ਫਤਿਹ ਸਿੰਘ ਗਰੁੱਪ, ਭਾਈ ਬਾਬਾ ਫਤਿਹ ਸਿੰਘ ਗਰੁੱਪ ਦੇ ਟੀਚਰ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆ ਜਾਣ, ਤਾਂ ਕਿ ਇਨਾਮ ਦਿੱਤੇ ਜਾ ਸਕਣ। ਬਾਬਾ ਫਤਿਹ ਸਿੰਘ ਗਰੁੱਪ ਦੇ ਵਿੱਚੋਂ ਜੋ ਫਸਟ ਆਇਆ ਹੈ ਆਯੁਸ਼ ਸਿੰਘ, ਸਨ ਆਫ ਭਾਈ ਮਨਜੀਤ ਸਿੰਘ। ਮੈਂ ਸੰਗਤਾਂ ਨੂੰ ਦੱਸ ਦੇਵਾਂ ਕਿ ਜੋ ਇਹ ਬੇਟਾ ਹੈ ਇਹ ਬੰਗਲਾਦੇਸ਼ ਤੋਂ ਆਇਆ, ਕੁਛ ਦਿਨ ਹੋਏ ਸਨ ਬੰਗਲਾਦੇਸ਼ ਤੋਂ ਆਇਆ ਹੈ, ਅਤੇ ਗੁਰੂ ਘਰ ਦੇ ਵਿੱਚ ਜੋ ਪੰਜਾਬੀ ਕਲਾਸਾਂ ਲੱਗਦੀਆਂ ਉਹ ਅਟੈਂਡ ਕਰ ਰਿਹਾ ਹੈ। ਦੂਜਾ ਹੈ
ਨਵਨੀਤ ਕੌਰ, ਡਾਕਟਰ ਸੁਖਚੈਨ ਸਿੰਘ, ਨਵਨੀਤ ਕੌਰ, ਡਾਕਟਰ ਸਰਦਾਰ ਸੁਖਚੈਨ ਸਿੰਘ ਬਾਬਾ ਜੀ ਦੇ ਸਾਹਮਣੇ। ਤੀਜਾ ਹੈ ਤਾਨੀਆ ਸਨ ਆਫ ਮਹਿੰਦਰ। ਸਭ ਤੋਂ ਪਹਿਲਾਂ ਜੋ ਫਸਟ ਆਇਆ ਹੈ ਬਾਬਾ ਫਤਿਹ ਸਿੰਘ ਰੂਪ ਚੋਂ, ਆਯਸ਼ ਸਿੰਘ ਸਨ ਆਫ ਸਰਦਾਰ ਮਨਜੀਤ ਸਿੰਘ। ਦੂਜੇ ਨੰਬਰ ਤੇ ਜੋ ਆਏ ਹਨ ਨਵਨੀਤ ਕੌਰ, ਡਾਕਟਰ ਸਰਦਾਰ ਸੁਖਚੈਨ ਸਿੰਘ। ਅਤੇ ਤੀਜੇ ਨੰਬਰ ਤੇ ਜੋ ਆਏ ਹੈ ਤਾਨੀਆ ਸਨ ਆਫ ਮਹਿੰਦਰ ਸਿੰਘ। ਅਤੇ ਜੋ ਤੀਜੇ ਹਨ ਜੋ ਕਲਾਸ ਵਿੱਚ ਜਿਹਨਾਂ ਨੂੰ ਮੈਡਲ ਦਿੱਤੇ ਜਾ ਰਹੇ ਹਨ ਉਹ ਯੁਵਰਾਜ ਸਿੰਘ ਸਨ ਆਫ ਸਰਦਾਰ ਮਨਜੀਤ ਸਿੰਘ, ਗੁਰਪ੍ਰੀਤ ਕੌਰ, ਡਾਕਟਰ ਅਫਸਰ ਗੁਰਚਰਨ ਸਿੰਘ, ਅੰਗਦ ਸੁੰਦਰ ਸਚਦੇਵਾ, ਬਲਜੀਤ ਸਿੰਘ, ਸਰਦਾਰ ਸਨ ਆਫ ਸਰਦਾਰ ਅਜੀਤ ਸਿੰਘ, ਸੰਦੀਪ ਸਨ ਆਫ ਸਰਦਾਰ ਭਗਵਾਨ ਸਿੰਘ, ਮਨਦੀਪ ਸਿੰਘ ਸਨ ਆਫ ਸਰਦਾਰ ਗੁਰਚਰਨ ਸਿੰਘ, ਗੁਰਕੀਰਤ ਸਿੰਘ ਸਨ ਆਫ ਸਰਦਾਰ ਸਤਨਾਮ ਸਿੰਘ, ਰੋਬਿਨ ਸਨ ਆਫ ਸਰਦਾਰ ਸਤਨਾਮ ਸਿੰਘ, ਪਲਕਪ੍ਰੀਤ ਕੌਰ, ਡਾਕਟਰ ਸਰਦਾਰ ਕਿਰਪਾਲ ਸਿੰਘ, ਸੁਰਜੀਤ ਸਿੰਘ ਸਨ ਆਫ ਸਰਦਾਰ ਹਰਵਿੰਦਰ ਸਿੰਘ, ਸੁਖਾਨਾ ਡਾਕਟਰ ਹਰੀਸ਼, ਮਨਵੀਰ ਸਿੰਘ ਸਨ ਆਫ ਸਰਦਾਰ ਕਲਾਸ ਗੁਗਲ, ਕਿਰਨ ਜੋਤ ਡਾਕਟਰ ਕਲਾਸ ਗੁਗਲ, ਸਵਰਨਪ੍ਰੀਤ ਸਿੰਘ ਸਨ ਆਫ ਪ੍ਰਿਤਪਾਲ ਸਿੰਘ, ਮਨਵੀਰ ਕੌਰ ਡਾਕਟਰ ਸਰਦਾਰ ਗੁਰਵਿੰਦਰ ਸਿੰਘ, ਮਨਵੀਰ ਸਿੰਘ ਸਨ ਆਫ ਸਰਦਾਰ ਜਸਵੀਰ ਸਿੰਘ ਅਤੇ ਸਰਮਪ੍ਰੀਤ ਸਿੰਘ। ਸਾਰਿਆਂ ਨੂੰ ਜੋ ਮੈਡਲ ਦਿੱਤੇ ਜਾਣਗੇ ਸਾਡੇ ਟੀਚਰ ਸਾਹਿਬਾਨ ਜੋ ਹਨ ਉਹਨਾਂ ਨੂੰ ਸਰਟੀਫਿਕੇਟ ਦੇ ਰਹੇ ਹਨ, ਕਿਉਂਕਿ ਇੱਕ ਨਿਸ਼ਾਨੀ ਹੈ ਗੁਰੂ ਘਰ ਦੇ ਵੱਲੋਂ, ਇੱਕ ਯਾਦ ਚਿੰਨ੍ਹ ਹੈ ਜੋ ਬੱਚਿਆਂ ਨੂੰ ਦਿੱਤਾ ਜਾਵੇਗਾ। ਸਾਰੀ ਉਮਰ ਯਾਦ ਰੱਖਣਗੇ ਕਿ ਅਸੀਂ ਗੁਰਦੁਆਰਾ ਨਾਨਕ ਸਾਹਿਬ ਸਤਸੰਗ ਦਰਬਾਰ ਐਸ ਦੇ ਵਿੱਚ ਕਲਾਸਾਂ ਅਟੈਂਡ ਕੀਤੀਆਂ ਸਨ। ਬਾਬਾ ਜਗਰਾਜ ਸਿੰਘ ਗੁਰਪੁਰਬ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਆ ਜਾਣ। ਬਾਬਾ ਜਗਰਾਜ ਸਿੰਘ ਗੁਰਪੁਰਬ ਜੋ ਪਹਿਲੇ ਨੰਬਰ ਤੇ ਹਨ, ਬੇਟੀ ਜਸਵੀਰ ਕੌਰ, ਡਾਕਟਰ ਸਰਦਾਰ ਰਵਿੰਦਰ ਸਿੰਘ ਚਾਹਲ, ਕਾਕਾ ਹਰੀਸ਼ ਮਹਿਰਾ, ਸਨ ਆਫ ਰਾਹੁਲ ਮਹਿਰਾ, ਇਹ ਦੋ ਬੱਚੇ ਬਾਬਾ ਜਗਰਾਜ ਸਿੰਘ ਗੁਰਪੁਰਬ ਚ ਫਸਟ ਆਏ ਹਨ। ਮਲਵੀਕਾ ਸਚਦੇਵਾ, ਡਾਕਟਰ ਸਰਦਾਰ ਸ਼ੰਕਰ ਸਚਦੇਵਾ ਦੂਜੇ ਸਥਾਨ ਤੇ, ਅਤੇ ਦਲਜੀਤ ਕੌਰ, ਡਾਕਟਰ ਸਰਦਾਰ ਹਰਵਿੰਦਰ ਸਿੰਘ ਪੁਰੀਵਾਲ ਤੀਜੇ ਸਥਾਨ ਤੇ ਆਏ ਹਨ। ਜੋ ਬਾਕੀ ਬੱਚੇ ਹਨ, ਹਰਸਿਮਰਨ ਕੌਰ, ਗੁਰਨੂਰ ਸਿੰਘ, ਕਰਨ ਮਹਿਰਾ, ਬਲਜੀਤ ਕੌਰ, ਰਮਨਦੀਪ ਸਿੰਘ, ਰਮਨਦੀਪ ਕੌਰ, ਸੰਗੀਤ ਸਿੰਘ, ਅਮਨਦੀਪ ਸਿੰਘ, ਹਰਸ਼ਦੀਪ ਸਿੰਘ, ਕਮਨੂਰ ਸਿੰਘ, ਅਨਮੋਲ ਸਿੰਘ, ਹਰਕਮਲ ਸਿੰਘ, ਗੁਰਵਿੰਦਰ ਸਿੰਘ, ਸਾਰਿਆਂ ਨੂੰ ਬੇਨਤੀ ਹੈ ਕਿ ਉਹ ਬੇਟੀ ਜਸਵੀਰ ਕੌਰ ਸਨ ਆਫ ਸਰਦਾਰ ਚੰਦਰ ਸਿੰਘ ਚਾਹਲ, ਕ੍ਰਿਸ਼ ਮਹਿਰਾ ਸਨ ਆਫ ਰਾਹੁਲ ਮਹਿਰਾ, ਮਲਵੀਕਾ ਸਚਦੇਵਾ, ਡਾਕਟਰ ਸ਼ੰਕਰ ਸਚਦੇਵਾ, ਦਲਜੀਤ ਕੌਰ, ਡਾਕਟਰ ਸਰਦਾਰ ਹਰਵਿੰਦਰ ਸਿੰਘ ਪੁਰੇਵਾਲ। ਦੋ ਬੱਚੇ ਫਸਟ ਆਏ ਹਨ, ਇੱਕ ਸੈਕਿੰਡ ਅਤੇ ਇੱਕ ਥਰਡ ਆਇਆ ਹੈ। ਸੋ ਉਸ ਸਾਥ ਦੇ ਜਿਹੜੇ ਫਸਟ ਸੈਕਿੰਡ ਥਰਡ ਆਏ ਹਨ ਉਹਨਾਂ ਨੂੰ ਸਪੈਸ਼ਲ ਇਨਾਮ, ਅਤੇ ਜੋ ਦੂਜੇ ਬੱਚੇ ਹਨ ਸਾਰਿਆਂ ਨੂੰ ਮੈਡਲ ਦਿੱਤੇ ਜਾਣਗੇ। ਸੋ ਇਹ ਉਪਰਾਲਾ ਹੈ ਪ੍ਰਬੰਧਕਾਂ ਦਾ, ਤਾਂ ਕਿ ਬੱਚੇ ਗੁਰੂ ਦੀ ਬਾਣੀ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਰਹਿਣ। ਸਾਰਿਆਂ ਨੂੰ ਗੁਰੂ ਘਰ ਦੇ ਵੱਲੋਂ ਸਰਟੀਫਿਕੇਟ ਮਿਲ ਰਿਹਾ ਹੈ, ਤਾਂ ਕਿ ਸਾਰੀ ਉਮਰ ਬੱਚੇ ਯਾਦ ਰੱਖਣਗੇ
ਨਿਸ਼ਾਨੀ ਹੈ ਗੁਰਦੁਆਰ ਦੇ ਵੱਲੋਂ ਵੀ ਅਸੀਂ ਗੁਰਦੁਆਰਾ ਨਾਨਕ ਸਾਹਿਬ ਸਿੰਘ ਦਰਬਾਰ ਐਸ ਐਨ ਡੀ ਵਿਜੂ ਟੈਸਟ ਹੋਈ ਸਾਨੂੰ ਉਸ ਵਿੱਚ ਭਰ ਗਿਆ ਹੈ। ਆਓ ਹੁਣ ਅਗਲਾ ਜੋ ਗਰੁੱਪ ਹੈ ਜੋ ਬਾਬਾ ਜੋਰਾਵਰ ਸਿੰਘ ਗਰੁੱਪ ਹੈ ਉਸਦੀ ਬਿਮਾਰੀ ਹੈ ਜੋ ਪਹਿਲਾ ਇਨਾਮ ਹੈ ਉਹ ਮਨਦੀਪ ਸਿੰਘ ਸਨਬ ਸਰਦਾਰ ਭਗਵਾਨ ਸਿੰਘ ਜੋ ਦੂਜਾ ਸਥਾਨ ਹੈ ਗੁਰਜੋਤ ਕੌਰ ਡਾਕਟਰ ਦਲਵੀਰ ਕੌਰ ਅਤੇ ਜੋ ਤੀਜਾ ਸਥਾਨ ਹੈ ਮਹਿਪ੍ਰੀਤ ਕੌਰ ਸਨਬ ਸਰਦਾਰ ਰਘਵੀਰ ਸਿੰਘ ਅਤੇ ਖੁਸ਼ੀ ਕੌਰ ਸਨਬ ਸਰਦਾਰ ਭਗਵਾਨ ਸਿੰਘ ਇਹ ਚਾਰ ਬੱਚੇ ਜੋ ਬਸ ਪਹਿਲਾ ਬੱਚਾ ਆਇਆ ਸੀ ਮਨਦੀਪ ਸਿੰਘ ਸਨਬ ਸਰਦਾਰ ਭਗਵਾਨ ਸਿੰਘ ਦੂਜਾ ਜਿਹੜਾ ਬੱਚਾ ਆਇਆ ਹੈ ਗੁਰਜੋਤ ਕੌਰ ਬੀਬੀ ਦਲਜੀਤ ਕੌਰ ਤੀਜੇ ਨੰਬਰ ਤੇ ਬੇਟੀ ਮਹਿਪ੍ਰੀਤ ਕੌਰ ਡਾਕਟਰ ਸਰਦਾਰ ਰਣਜੀਤ ਸਿੰਘ ਅਤੇ ਖੁਸ਼ੀ ਕੌਰ ਡਾਕਟਰ ਸਰਦਾਰ ਭਗਵਾਨ ਸਿੰਘ ਇਹ ਚਾਰ ਬੱਚੇ ਜੋ ਹਨ ਉਹ ਫਸਟ ਆਏ ਹਨ ਫਸਟ ਸੈਕਿੰਡ ਥਰਡ ਆਏ ਹਨ ਉਹਨਾਂ ਨੂੰ ਗੁਰੂ ਘਰ ਦੀ ਗ੍ਰੰਥੀ ਸਾਹਿਬ ਸਾਹਿਬਾਨ ਇਨਾਮ ਦੇ ਰਹੇ ਹਨ ਨਾਲ ਜੀ ਸਾਡੇ ਉਹਨਾਂ ਦੇ ਟੀਚਰ ਸਾਹਿਬਾਨ ਬੀਬੀ ਸ਼ੈਲੀ ਸ਼ਰਮਾ ਜੀ ਜੋ ਸ਼ੈਲੀ ਸ਼ਰਮਾ ਜੀ ਮੈਂ ਬੇਨਤੀ ਕਰਾਂਗਾ ਨਵਦੀਪ ਸਿੰਘ ਸਿਮਰਨਜੀਤ ਸਿੰਘ ਅਨੁਮੀਤ ਕੌਰ ਕੋਮਲ ਸੰਦੀਪ ਕੌਰ ਜਸਰੂਪ ਕੌਰ ਹਰਪ੍ਰੀਤ ਸਿੰਘ ਹਰਮਨ ਸੰਧੂ ਚਮਨ ਗਗਨ ਸੁਖਪ੍ਰੀਤ ਸਿੰਘ ਬਿਰਪ੍ਰੀਤ ਸਿੰਘ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਲਾਈਨ ਦੇ ਵਿੱਚ ਖੜੇ ਹੋ ਜਾਵੋ ਤਾਂ ਕਿ ਇਨਾਮ ਦਿੱਤੇ ਜਾ ਸਕੇ। ਗੁਰੂ ਘਰ ਦੀ ਗ੍ਰੰਥੀ ਸਿੰਘ ਸਾਹਿਬਾਨ ਟੀਚਰ ਸਾਹਿਬਾਨ ਅਜੇ ਪ੍ਰਬੰਧ ਕਰਾ ਕੇ ਦੇ ਰਹੇ ਹਨ। ਆਓ ਜੋ ਤੀਜਾ ਗਰੁੱਪ ਹੈ ਲਾਸਟ ਗਰੁੱਪ ਬਾਬਾ ਅਜੀਤ ਸਿੰਘ ਗਰੁੱਪ ਉਹ ਬੱਚਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਆ ਜਾਣ ਤਾਂ ਕਿ ਉਹਨਾਂ ਨੂੰ ਵੀ ਅਸੀਂ ਛੇਤੀ ਵੇਖ ਲਈਏ। ਬਾਬਾ ਅਜੀਤ ਸਿੰਘ ਗਰੁੱਪ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਬੱਚੇ ਜੋ ਹਨ ਅੱਗੇ ਆ ਜਾਣ। ਜੋ ਫਸਟ ਬੱਚਾ ਆਇਆ ਹੈ ਮੈਂ ਬੇਟੀਆਂ ਕੋਈ ਬੇਨਤੀ ਕਰਾਂਗਾ ਵੀ ਇੱਧਰ ਆ ਜਾਣ ਤਾਂ ਕਿ ਚਰਨ ਦੀ ਬੱਚਤ ਹੋ ਸਕੇ। ਡਾਕਟਰ ਸਰਦਾਰ ਸਤਨਾਮ ਸਿੰਘ ਜੋ ਫਸਟ ਆਈ ਹੈ ਬੇਟੀ ਸੁਖਨੀਤ ਕੌਰ ਡਾਕਟਰ ਸਰਦਾਰ ਸਤਨਾਮ ਸਿੰਘ ਸੈਕਿੰਡ ਜੋ ਹੈ ਅਮਨਜੋਤ ਸਿੰਘ ਸਨਬ ਸਰਦਾਰ ਗੁਰਦੀਪ ਸਿੰਘ ਤੀਜੇ ਨੰਬਰ ਤੇ ਸ਼ਰਨਦੀਪ ਸਿੰਘ ਸਨਬ ਸਰਦਾਰ ਸੁਖਵਿੰਦਰ ਸਿੰਘ ਇਹ ਤਿੰਨ ਬੱਚੇ ਫਸਟ ਸੈਕਿੰਡ ਥਰਡ ਆਏ ਹਨ। ਜੋ ਬਾਕੀ ਬੱਚੇ ਵੀ ਹਨ ਗਗਨਦੀਪ ਸਿੰਘ ਕਰਨਵੀਰ ਸਿੰਘ ਸ਼ਰਨਜੀਤ ਕੌਰ ਹਰਸ਼ਦੀਪ ਸਿੰਘ ਗੁਰਜੋਤ ਸਿੰਘ ਬਾਬਾ ਜੀ ਅਮਨਦੀਪ ਸਿੰਘ ਅਮਨਦੀਪ ਚੌਹਾਨ ਹਰਨੀਤ ਕੌਰ ਰਵੀਨਾ ਕੌਰ ਬੱਚਿਆਂ ਨੂੰ ਮੈਡਲ ਦਿੱਤੇ ਜਾਣਗੇ ਗੁਰੂ ਘਰ ਦੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਜੋ ਵੀ ਇਨਾਮ ਹਨ ਇਹਨਾਂ ਨੂੰ ਉਹ ਦਿੱਤੇ ਜਾਣਗੇ। ਸੋ ਗੁਰਜੋਤ ਸਿੰਘ ਅਮਨਦੀਪ ਚੌਹਾਨ ਹਰਨੀਤ ਕੌਰ ਰਵੀਨਾ ਕੌਰ ਇਹ ਜੋ ਬੱਚੇ ਹਨ ਗੁਰੂ ਘਰ ਦੀ ਸੇਵਾ ਨਾਲ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹੁਕਮ ਤੋਂ ਬਹੁਤ ਹੀ ਜਿਨ੍ਹਾਂ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ
ਗੁਰੂ ਘਰ ਦੇ ਗਏ ਹਨ ਬੋਲੇ ਸੋ ਨਿਹਾਲ ਜੋ ਵੀ ਸੇਵਾ ਹੈ ਇਹ ਪਰਿਵਾਰ ਲੈਂਦਾ ਹੈ ਸਹਿਜ ਪਾਠ ਜੋੜ ਕੇ ਹਨ ਉਸ ਦੇ ਵਿੱਚ ਵੀ ਹਿੱਸਾ ਲੈ ਰਹੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਮੇਰ ਪਿਆਰ ਰੱਖਣ ਪਰਿਵਾਰ ਦੇ ਸੁੱਖ ਸ਼ਾਂਤੀ ਕਾਰੋਬਾਰ ਦੇ ਵਿੱਚ ਦਿਲ ਦੁਗਣੀ ਰਾਹ ਚੌਂਦੇ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਡੇ ਕੋਲ ਜੋ ਪੁਲਿਸ ਤੋਂ ਜੋ ਪਹੁੰਚੇ ਹੋਏ ਹਨ ਉਹਨਾਂ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Unsere Patrikan, Horst, und Thomas Gronau, die uns sehr unterstützt haben, beispielsweise im Wurzelcamp, als Camper, und bei denen wir uns immer melden können, wenn es um Hilfe geht oder um einen kleinen Rat. Bolle, so ne Hals! Bolle, so ne Hals! ਅਸੀਂ ਧੰਨਵਾਦੀ ਹਾਂ ਸਿੱਖ ਚੈਨਲ ਦੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਖੁਨਾਨ ਵਾਲਾ ਦੇ ਭਾਅ ਜੀ ਮੇਰੇ ਛੋਟੇ ਵੀਰ ਰਾਣਾ ਭਾਅ ਜੀ ਦੇ ਜਿਨ੍ਹਾਂ ਨੇ ਬਹੁਤ ਹੀ ਜਿਨ੍ਹਾਂ ਦੇ ਉਪਰਾਲਾ ਅਤੇ ਉਦਮ ਸਦਕਾ ਜੋ ਇਹ ਕੰਮ ਸਿਰੇ ਚੜ੍ਹਦਾ ਹੈ ਅਸੀਂ ਧੰਨਵਾਦੀ ਹਾਂ ਸਿੱਖ ਚੈਨਲ ਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਪ੍ਰਚਾਰ ਸਦਕਾ ਪੂਰੇ ਯੂਰਪ ਦੇ ਵਿੱਚ ਜੋ ਸੰਗਤਾਂ ਹਨ ਉਹ ਗੁਰਬਾਣੀ ਨਾਲ ਜੁੜ ਬੈਠੀਆਂ ਹਨ ਸੋ ਆਓ ਹੁਣ ਸਮਾਪਤੀ ਵੱਲ ਵਧਦੇ ਹਾਂ ਅਤੇ ਜੋ ਦੇਖ ਰਿਹਾ ਕਿ ਗੁਰੂ ਕੇ ਲੰਗਰ ਛੱਕ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਨੂੰ ਸੁਖੀ ਸ਼ਾਲੀ ਕਰਨ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ